ਦਹਾਕਿਆਂ ਤੋਂ ਚੱਲੇ ਆ ਰਹੇ ਅਯੋਧਿਆ ਜ਼ਮੀਨ ਵਿਵਾਦ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਵਿਵਾਦਿਤ ਜ਼ਮੀਨ ਨੂੰ ਹਿੰਦੂ ਪੱਖ ਨੂੰ ਦੇ ਦਿੱਤਾ ਗਿਆ। ਪਰ ਇੰਨੇ ਸਾਲਾਂ ਵਿੱਚ 12 ਚਿਹਰੇ ਅਜਿਹੇ ਸਨ ਜਿਨ੍ਹਾਂ ਨੇ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਈ। ਪਰਮਹੰਸ ਰਾਮਚੰਦਰ ਦਾਸ, ਮੰਦਿਰ ਦੇ ਮਰਹੂਮ ਪੈਰੋਕਾਰ, ਦਿਗੰਬਰ ਅਖਾੜੇ ਦੇ ਮਹੰਤ ਅਤੇ ਸ੍ਰੀ ਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਰਹੇ ਸਨ। ਵਿਸ਼ਵ ਹਿੰਦੂ ਪਰਿਸ਼ਦ ਦੇ ਅੰਦੋਲਨ ਵਿੱਚ ਉਹਨਾਂ ਨੇ ਵੱਡੀ ਭੂਮਿਕਾ ਨਿਭਾਈ ਸੀ। ਵਿਵਾਦਿਤ ਥਾਂ ਦਾ ਤਾਲਾ ਨਾ ਖੁੱਲ੍ਹਣ 'ਤੇ ਖੁਦ ਨੂੰ ਅੱਗ ਲਗਾਉਣ ਦੀ ਧਮਕੀ ਦਿੱਤੀ ਸੀ, ਪਰ ਉਸ ਤੋਂ ਪਹਿਲਾਂ ਹੀ ਤਾਲਾ ਖੁੱਲ੍ਹ ਗਿਆ। 31 ਜੁਲਾਈ 2003 ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਮਰਹੂਮ ਹਾਸ਼ਿਮ ਅੰਸਾਰੀ, ਮੁਸਲਮਾਨ ਦਾਅਵੇਦਾਰ, 65 ਸਾਲ ਤੱਕ ਉਹਨਾਂ ਨੇ ਕਾਨੂੰਨੀ ਲੜਾਈ ਲੜੀ। ਇਸ ਮਾਮਲੇ ਵਿੱਚ ਉਹ ਸਭ ਤੋਂ ਬਜ਼ੁਰਗ ਦਾਅਵੇਦਾਰ ਰਹੇ। ਆਪਸੀ ਮੇਲਜੋਲ ਦੇ ਨਾਲ ਮਾਮਲੇ ਨੂੰ ਨਜਿੱਠਣ ਦੇ ਹੱਕ ਵਿੱਚ ਸਨ। ਹਿੰਦੂ ਪੈਰੋਕਾਰ ਮਹੰਤ ਪਰਮਹੰਸ ਦੇ ਨਾਲ ਇੱਕ ਹੀ ਟਾਂਗੇ ਦੇ ਵਿੱਚ ਉਹ ਮੁਕੱਦਮੇ ਦੀ ਸੁਣਵਾਈ ਲਈ ਜਾਂਦੇ ਸਨ। 96 ਸਾਲ ਦੀ ਉਮਰ ਵਿੱਚ 2016 ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਅੰਤਿਮ ਵਿਦਾਈ ਦੇ ਵਿੱਚ ਕਈ ਹਿੰਦੂ ਸਾਧੂ ਸੰਤ ਵੀ ਸ਼ਾਮਲ ਹੋਏ ਸਨ। ਰਾਜੀਵ ਗਾਂਧੀ, ਸਾਬਕਾ ਪ੍ਰਧਾਨ ਮੰਤਰੀ, ਇੱਕ ਕਾਂਗਰਸੀ ਵਕੀਲ ਦੀ ਅਰਜ਼ੀ 'ਤੇ ਜ਼ਿਲ੍ਹਾ ਜੱਜ KM ਪਾਂਡਿਆ ਨੇ ਤਾਲਾ ਖੋਲ੍ਹਣ ਦਾ ਹੁਕਮ ਦਿੱਤਾ। 1 ਘੰਟੇ ਦੇ ਅੰਦਰ ਹੀ ਇਸ 'ਤੇ ਅਮਲ ਦੇ ਨਾਲ ਇਹ ਧਾਰਨਾ ਬਣੀ ਕਿ ਇਹ ਸਭ ਕੁਝ ਸਪੋਂਸਰਡ ਸੀ। ਇਸੇ ਦੀ ਪ੍ਰਤੀਕਿਰਿਆ ਵਿੱਚ ਬਾਬਰੀ ਮਸਜਿਦ ਸੰਘਰਸ਼ ਸਮਿਤੀ ਦਾ ਗਠਨ ਕਰਕੇ ਜਵਾਬੀ ਅੰਦੋਲਨ ਸ਼ੁਰੂ ਹੋਇਆ। ਨਵੰਬਰ 1999 ਵਿੱਚ ਰਾਜੀਵ ਗਾਂਧੀ ਸਰਕਾਰ ਨੇ ਹਿੰਦੂ ਸੰਗਠਨਾਂ ਨੂੰ ਵਿਵਾਦਿਤ ਥਾਂ ਦੇ ਕੋਲ ਨੀਂਹ ਪੱਥਰ ਰੱਖਣ ਦੀ ਇਜਾਜ਼ਤ ਦੇ ਦਿੱਤੀ। ਲਾਲ ਕ੍ਰਿਸ਼ਨ ਅਡਵਾਨੀ, ਭਾਜਪਾ ਨੇਤਾ, ਸੋਮਨਾਥ ਤੋਂ ਅਯੋਧਿਆ ਤੱਕ ਦੀ ਉਹਨਾਂ ਨੇ ਰੱਥ ਯਾਤਰਾ ਸ਼ੁਰੂ ਕੀਤੀ। ਲਾਲੂ ਨੇ ਮਸਾਂਜੋਰ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ। CBI ਦੀ ਪਹਿਲੀ ਚਾਰਜਸ਼ੀਟ ਵਿੱਚ ਮਸਜਿਦ ਡਿਗਾਉਣ ਦੇ ਛੜਿਅੰਤਰ ਵਿੱਚ ਮੁੱਖ ਸੂਤਰਧਾਰ ਦੱਸਿਆ ਗਿਆ। ਚਾਰਜਸ਼ੀਟ ਮੁਤਾਬਕ ਅਡਵਾਨੀ ਨੇ 6 ਦਸੰਬਰ ਨੂੰ ਕਿਹਾ ਸੀ, ਅੱਜ ਕਾਰ ਸੇਵਾ ਦਾ ਆਖਰੀ ਦਿਨ ਹੈ। ਅਡਵਾਨੀ ਦੇ ਖਿਲਾਫ ਮਸਜਿਦ ਢਾਉਣ ਦੀ ਸਾਜ਼ਿਸ਼ ਦਾ ਅਪਰਾਧਿਕ ਮੁਕੱਦਮਾ ਅਜੇ ਵੀ ਜਾਰੀ ਹੈ। ਅਸ਼ੋਕ ਸਿੰਘਲ, ਤਤਕਾਲੀ ਪ੍ਰਧਾਨ VHP, ਮੰਦਿਰ ਨਿਰਮਾਣ ਅੰਦੋਲਨ ਦੇ ਲਈ ਲੋਕਾਂ ਦਾ ਸਮਰਥਨ ਇਕੱਠਾ ਕਰਨ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ। ਕਈ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਰਾਮ ਮੰਦਿਰ ਅੰਦੋਲਨ ਦੇ ਚੀਫ ਆਰਕੀਟੈਕਟ ਵੀ ਹਨ। 2011 ਤੱਕ VHP ਪ੍ਰਧਾਨ ਰਹੇ ਅਤੇ ਫਿਰ ਸਿਹਤ ਕਾਰਨਾਂ ਦੇ ਕਾਰਨ ਉਹਨਾਂ ਨੇ ਅਸਤੀਫਾ ਦੇ ਦਿੱਤਾ। 17 ਨਵੰਬਰ 2015 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਕਲਿਆਣ ਸਿੰਘ, ਤਤਕਾਲੀ ਮੁੱਖ ਮੰਤਰੀ, ਇਲਜ਼ਾਮ ਹੈ ਕਿ ਭੜਕੇ ਕਾਰ ਸੇਵਕਾਂ ਨੂੰ ਉਹਨਾਂ ਦੀ ਪੁਲਿਸ ਅਤੇ ਪ੍ਰਸ਼ਾਸਨ ਨੇ ਜਾਣਬੁੱਝ ਕੇ ਨਹੀਂ ਰੋਕਿਆ। ਕਲਿਆਣ ਸਿੰਘ ਨੇ ਭਾਜਪਾ ਤੋਂ ਵੱਖ ਹੋ ਕੇ ਰਾਸ਼ਟਰੀ ਕ੍ਰਾਂਤੀ ਪਾਰਟੀ ਬਣਾਈ, ਪਰ ਫਿਰ BJP ਵਿੱਚ ਵਾਪਸ ਪਰਤ ਗਏ। ਉਹਨਾਂ 13 ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਤੇ ਮਸਜਿਦ ਡਿਗਾਉਣ ਦੀ ਸਾਜ਼ਿਸ਼ ਦਾ ਆਰੋਪ ਹੈ। 2014 ਵਿੱਚ ਉਹਨਾਂ ਨੂੰ ਰਾਜਸਥਾਨ ਦਾ ਗਵਰਨਰ ਬਣਾਇਆ ਗਿਆ। ਵਿਨੇ ਕਟਿਆਰ, ਬਜਰੰਗ ਦਲ ਦੇ ਪਹਿਲੇ ਪ੍ਰਧਾਨ, ਰਾਮ ਮੰਦਿਰ ਅੰਦੋਲਨ ਦੇ ਲਈ 1984 ਵਿੱਚ ਬਜਰੰਗ ਦਲ ਬਣਾਇਆ ਗਿਆ। ਕਟਿਆਰ ਨੇ ਕਮਾਨ ਸੰਭਾਲੀ। ਬਜਰੰਗ ਦਲ ਵਰਕਰਾਂ ਨੇ ਜਨਮ ਭੂਮੀ ਅੰਦੋਲਨ ਨੂੰ ਹਮਲਾਵਰ ਬਣਾਇਆ। 6 ਦਸੰਬਰ ਤੋਂ ਬਾਅਦ ਕਟਿਆਰ ਦਾ ਸਿਆਸੀ ਕੱਦ ਤੇਜ਼ੀ ਦੇ ਨਾਲ ਵਧਿਆ। ਭਾਜਪਾ ਦੇ ਰਾਸ਼ਟਰੀ ਮਹਾਂ ਸਕੱਤਰ ਵੀ ਬਣੇ। ਫੈਜ਼ਾਬਾਦ ਲੋਕ ਸਭਾ ਸੀਟ ਤੋਂ 3 ਵਾਰ ਸੰਸਦ ਮੈਂਬਰ ਚੁਣੇ ਗਏ। PV ਨਰਸਿਮਾ ਰਾਓ, ਤਤਕਾਲੀ ਪ੍ਰਧਾਨ ਮੰਤਰੀ, ਮਸਜਿਦ ਨੂੰ ਡਿਗਾਏ ਜਾਣ ਤੋਂ ਰੋਕਣ ਦੀ ਕੋਸ਼ਿਸ਼ ਨਾ ਕਰਨ ਦਾ ਇਲਜ਼ਾਮ। ਮੰਨਿਆ ਜਾਂਦਾ ਕਿ ਨਰਸਿਮਾ ਰਾਓ ਕਾਂਗਰਸ ਵਿੱਚ ਜ਼ਰੂਰ ਸਨ, ਪਰ ਉਹਨਾਂ ਦੀ ਹਮਦਰਦੀ ਹਿੰਦੂਤਵ ਅੰਦੋਲਨ ਦੇ ਨਾਲ ਸੀ। ਬਾਅਦ ਵਿੱਚ ਰਾਓ ਨੇ ਲਿਖਿਆ ਕਿ ਅਯੋਧਿਆ ਵਿੱਚ ਜੋ ਕੁਝ ਵੀ ਹੋਇਆ ਉਹ ਉਹਨਾਂ ਦੇ ਕਾਬੂ ਤੋਂ ਬਾਹਰ ਸੀ। 2004 ਵਿੱਚ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸੈਯਦ ਸ਼ਹਾਬੂਦੀਨ, ਮੁਸਲਿਮ ਨੇਤਾ, ਬਿਹਾਰ ਦੇ ਕਿਸ਼ਨਗੰਜ ਤੋਂ ਸੰਸਦ ਮੈਂਬਰ, ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਅਤੇ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਨੇਤਾ ਸਨ। ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਵੀ ਰਹਿ ਚੁੱਕੇ ਸਨ। ਮੁਸਲਮਾਨਾਂ ਦੇ ਪੈਰੋਕਾਰ ਬਣ ਕੇ ਉਭਰੇ। ਰਾਮ ਮੰਦਿਰ ਅੰਦੋਲਨ ਦੇ ਆਲੋਚਕ, ਮਸਜਿਦ ਦੇ ਪੈਰੋਕਾਰ ਸਨ। 2017 ਵਿੱਚ 82 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ।
ਉਮਾ ਭਾਰਤੀ ਭਾਜਪਾ ਨੇਤਾ। ਮੰਦਿਰ ਅੰਦੋਲਨ ਵਿੱਚ ਮਹਿਲਾ ਚਿਹਰੇ ਦੇ ਤੌਰ ਤੇ ਉਹਨਾਂ ਨੇ ਆਪਣੀ ਪਛਾਣ ਬਣਾਈ। ਲਿਬਰਹਾਨ ਆਯੋਗ ਨੇ ਬਾਬਰੀ ਮਸਜਿਦ ਢਾਏ ਜਾਣ ਵਿੱਚ ਉਹਨਾਂ ਦੀ ਭੂਮਿਕਾ ਦੋਸ਼ਪੂਰਨ ਪਾਈ। ਭੀੜ ਨੂੰ ਉਕਸਾਉਣ ਦਾ ਉਹਨਾਂ ਤੇ ਇਲਜ਼ਾਮ ਲੱਗਿਆ, ਜਿਸ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ। ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਮੰਤਰੀ ਰਹੇ। ਅਡਵਾਨੀ ਤੋਂ ਬਾਅਦ ਭਾਜਪਾ ਦੇ ਦੂਜੇ ਵੱਡੇ ਨੇਤਾ ਇਸ ਮਾਮਲੇ ਵਿੱਚ ਮੁਰਲੀ ਮਨੋਹਰ ਜੋਸ਼ੀ ਸਨ। 6 ਦਸੰਬਰ ਨੂੰ ਉਹ ਵਿਵਾਦਿਤ ਪਰਿਸਰ ਵਿੱਚ ਮੌਜੂਦ ਸਨ। ਗੁੰਬਦ ਡਿੱਗਣ ਤੇ ਉਮਾ ਭਾਰਤੀ ਉਹਨਾਂ ਦੇ ਨਾਲ ਗਲੇ ਮਿਲੀ। ਵਾਰਾਣਸੀ, ਕਾਨਪੁਰ ਅਤੇ ਇਲਾਹਾਬਾਦ ਤੋਂ ਉਹ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਭਾਜਪਾ ਦੇ ਮਾਰਗਦਰਸ਼ਕ ਮੰਡਲ ਵਿੱਚ ਹਨ। ਮੁਲਾਇਮ ਸਿੰਘ ਯਾਦਵ, ਸਪਾ ਨੇਤਾ, ਮੰਦਿਰ ਅੰਦੋਲਨ ਦੇ ਸਖ਼ਤ ਵਿਰੋਧੀ। ਭਾਜਪਾ ਸਮਰਥਕ ਉਹਨਾਂ ਨੂੰ ਮੁੱਲਾ ਮੁਲਾਇਮ ਕਹਿੰਦੇ ਸਨ। ਉਹਨਾਂ ਦੇ ਸ਼ਾਸਨ ਵਿੱਚ ਪੁਲਿਸ ਦੀ ਗੋਲੀਬਾਰੀ ਵਿੱਚ 16 ਕਾਰ ਸੇਵਕ ਮਾਰੇ ਗਏ। ਕਾਰ ਸੇਵਕਾਂ ਤੇ ਗੋਲੀ ਚਲਾਏ ਜਾਣ ਤੋਂ ਬਾਅਦ ਹਿੰਦੂਆਂ ਦੇ ਇੱਕ ਤਬਕੇ ਦੇ ਵਿੱਚ ਉਹਨਾਂ ਨੂੰ ਨਾਪਸੰਦ ਕੀਤਾ ਜਾਣ ਲੱਗਾ। ਸਮਾਜਵਾਦੀ ਪਾਰਟੀ ਦੀ ਕਮਾਨ ਹੁਣ ਉਹਨਾਂ ਦੇ ਮੁੰਡੇ ਅਖਿਲੇਸ਼ ਯਾਦਵ ਦੇ ਹੱਥਾਂ ਵਿੱਚ ਹੈ।